ਅਸਲਾਮੁਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਹਫ਼ਤੇ ਦਾ। ਅਤੇ ਇਸ ਟਾਈਮ ਸਿਆਲਕੋਟ ਦੇ ਨੌਜਵਾਨ ਨਵੇਂ ਅਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਹਮਜ਼ਾ ਬਾਜਵਾ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ। ਅਤੇ ਮਾਸ਼ਾਅੱਲਾ ਜੀ ਬਾਈ ਹਮਜ਼ਾ ਸਾਹਿਬ ਨੇ ਪਹਿਲੀ ਵੀਡੀਓ 'ਚ ਹੀ ਦਿਲਖੁਸ਼ ਕੀਤਾ, ਵੱਡਾ ਖੜਾ ਕੀਤਾ, ਮਿਹਨਤ ਕਰਕੇ ਦੋਸਤਾਂ ਵਾਸਤੇ ਸੱਤ ਖੂਬਸੂਰਤ ਮੁਨਾਸਬ ਕੀਮਤ ਜਾਨਵਰ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ ਦੋ ਅਸਲੀ ਅਤੇ ਨਸਲੀ ਖਾਂਗੜ ਗਾਵਾਂ ਵੀ ਮੌਜੂਦ ਨੇ। ਕਮ ਅਜ਼ ਕਮ ਕੀਮਤ ਹੈ ਜੀ 1,75,000, 1,75,000 ਤੋਂ ਲੈ ਕੇ ਅਤੇ 2,45,000 ਦੀ ਰੇਂਜ ਤੱਕ ਜਾਨਵਰ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਬਾਈ ਹਮਜ਼ਾ ਸਾਹਿਬ ਆਓ ਜੀ ਸਾਹਮਣੇ, ਇੱਥੇ ਆਇਓ ਸਾਹਮਣੇ ਜ਼ਰਾ ਜੀ। ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ, ਕੀ ਹਾਲ ਫਰਾਜ਼ ਭਾਈ, ਠੀਕ ਹੋ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਭਾਈ ਹਮਜ਼ਾ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ? ਅੱਲਾਹ ਦਾ ਕਰਮ, ਬੜਾ ਸ਼ੁਕਰ ਮਾਲਕ ਜ਼ਾਤ ਦਾ। ਮਾਸ਼ਾਅੱਲਾ ਜੀ, ਵੀਡੀਓ ਪਹਿਲੀ ਹੈ ਲੇਕਿਨ ਇਨਸ਼ਾਅੱਲਾ ਵੱਡਾ ਹੀ ਖੜਾ ਕੋਏ ਦਾ। ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਤੇ ਆਪਣੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਭਾਈ ਫਰਾਜ਼, ਪਿੰਡ ਸਾਡਾ ਬਾਉਡੀ, ਬਾਬੇ ਸਗੀਰ ਦੇ ਨਾਂ ਤੋਂ ਡੇਰਾ ਮਸ਼ਹੂਰ ਹੈ। ਜਨਾਬ ਦੇ ਵਾਲਾ ਸਾਹਿਬ ਨੇ? ਮੇਰੇ ਵਾਲਾ ਸਾਹਿਬ ਨੇ, ਬਾਬਾ ਸਗੀਰ ਬਾਜਵਾ ਉਹਨਾਂ ਦੇ ਨਾਂ ਤੋਂ ਡੇਰਾ ਮਸ਼ਹੂਰ ਹੈ। ਤੇ ਮਹਾਰਾਜਕਾ ਤੋਂ ਆਈਏ ਕਿੰਗਰਾ ਰੋਡ ਤੇ, ਮਹਾਰਾਜਕਾ ਸਟਾਪ ਹੈ ਸਾਡਾ, ਠੀਕ ਹੈ? 3 ਕਿਲੋਮੀਟਰ ਉੱਥੋਂ ਹੈ। ਤੇ ਜੇ ਕਿਸੇ ਭਰਾ ਨੇ ਜ਼ਫਰਵਾਲ ਵਾਲੀ ਸਾਈਡ ਨੂੰ ਜਾਂ ਇੱਧਰ ਜਿਹੜਾ ਨਾ ਭਾਗੋ ਵਾਲੀ ਸਾਈਡ ਤੋਂ ਆਉਣਾ ਹੋਏ ਤੇ ਸਾਡਾ ਜੋਸਰੀ ਸਟਾਪ ਹੈ, ਉੱਥੋਂ ਜੋਸਨਾ ਤੋਂ 3 ਕਿਲੋਮੀਟਰ ਬਾਉਡੀ ਪਿੰਡ ਸਾਡਾ, ਠੀਕ ਹੈ? ਤਹਿਸੀਲ ਪਸਰੂਰ? ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਬਿਹਤਰ ਹੋ ਗਿਆ, ਬਾਜਵੇ ਦਾ ਅੱਜ ਵੱਡੇ ਖੜਾ ਆ ਕੇ ਇਨਸ਼ਾਅੱਲਾ। ਭਾਈ ਫਰਾਜ਼, ਪਹਿਲੀ ਵੀਡੀਓ ਹੈ ਤੇ ਇਨਸ਼ਾਅੱਲਾ ਵੀਡੀਓ ਚਲਾਵਾਂਗੇ। ਇਨਸ਼ਾਅੱਲਾ ਇਨਸ਼ਾਅੱਲਾ ਕਰਵਾਈਏ ਸ਼ੌਕ, ਕਰਵਾਓ ਜੀ। ਆਓ ਜੀ ਭਾਈਜਾਨ ਲੈ ਕੇ ਆਓ, ਮਾਸ਼ਾਅੱਲਾ ਜੀ ਬਿਸਮਿਲਲਾ ਕਰੋ। ਟੋਟਲ 7 ਜਾਨਵਰ ਨੇ, ਇੱਕ ਤੇ ਸ਼ਾਇਦ ਤੁਹਾਨੂੰ ਸੇਲ ਕਰਨੀ। ਆਓ ਭਾਈਜਾਨ, ਤਰਤੀਬ ਨਾਲ ਤੁਸੀਂ ਸ਼ੁਰੂ ਕਰ ਲਓ ਜੀ। ਰੇਟ ਇਨਸ਼ਾਅੱਲਾ ਮੁਨਾਸਬ ਹੀ ਨੇ, ਕਮ ਅਜ਼ ਕਮ 1,75,000, ਜ਼ਿਆਦਾ ਤੋਂ ਜ਼ਿਆਦਾ 2,45,000। ਲਿਆਓ ਭਾਈਜਾਨ ਵਾਰਡ ਨੰਬਰ 1, ਮਾਸ਼ਾਅੱਲਾ ਜੀ ਨੰਬਰ ਆ ਗਈ ਹੈ ਕਿਤੇ। ਭਾਈ ਜਾ ਕੇ ਲਿਆਉਣਾ, ਜਿਹੜੀ ਸੂਈ ਉਹਦਾ ਜਾ ਕੇ ਲਿਆਉਣਾ ਜੀ। ਭਾਈ ਹਮਜ਼ਾ ਕਿਨਵਾ ਸੂਆ ਜੀ ਇਹਦਾ? ਇਹ ਭਾਈ ਫਰਾਜ਼ ਦੂਜਾ ਸੂਆ ਵੈੜੀ ਹੈ। ਭਾਈਜਾਨ ਜਾਲ ਲਿਆਇਓ ਇੱਧਰ, ਇੰਜ ਨਹੀਂ ਭਾਈਜਾਨ, ਇੱਧਰ ਜਾ ਤੇ ਲਿਆ ਭਾਈ, ਜਾ ਤੇ ਪਹਿਲੇ ਲਿਆਓ ਜ਼ਰਾ ਸਕੂਨ ਨਾਲ ਜੀ। ਹੋ ਗਏ ਕਾਲੋ ਭਾਈ, ਆਇਓ ਕਲਾਰ ਭਾਈ ਜਾਨ, ਐ ਚੈੱਕ ਕਰੋ ਮਾਸ਼ਾਅੱਲਾ ਜੀ। ਚਿਹਰਾ ਵੀ ਦੋਸਤਾਂ ਵੇਖ ਲੈਣਾ, ਸੇਮ ਇੱਕ ਹੀ ਕਲਰ ਹੈ। ਜਾ ਕੇ ਪਿੱਛੇ ਬੱਚੀ ਬੱਚੀ ਹੈ ਭਾਈ, ਐ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ। ਭਾਈ ਜਾਨ ਇੱਥੇ ਆਓ ਜ਼ਰਾ, ਸਿੱਧੀ ਹੋਵੋ। ਕਿਨਵਾ ਸੂਆ ਬਾਜਵਾ ਸਾਹਿਬ ਦਾ? ਇਹਦਾ ਭਾਈ ਫਰਾਜ਼ ਦੂਸਰਾ ਸੂਆ ਵੈੜੀ ਹੈ। ਇੱਕ ਮਿੰਟ ਭਾਈ ਹਮਜ਼ਾ, ਮੈਂ ਪੁੱਛਣਾ ਭਾਈ ਜਾਨ, ਇੰਜ ਨਹੀਂ ਮਜ਼ਾ ਆਉਣਾ, ਜਾ ਜਾਨਵਰ ਦੇ ਮੂੰਹ ਦੇ ਅੱਗੇ, ਜਾਨਵਰ ਪੂਰਾ ਨਜ਼ਰ ਆਏ ਕੈਮਰੇ 'ਚ। ਸੂਆ ਦੂਸਰਾ? ਸੂਆ ਦੂਸਰਾ ਕਿਦਾਂ ਦੀ ਸੂਈ ਹੈ? ਟੋਟਲ ਬੱਚੇ ਸਮੇਤ ਦੋਵਾਂ ਟਾਈਮਾਂ ਦਾ ਟੋਟਲ ਹੈ 11 ਕਿਲੋ ਵਿੱਚ ਜਿੰਜਲ ਬਾਸ ਕੀਤਾ। ਭਾਈ ਛਾਲ ਵੱਡੀ ਮਾਰ ਸਕਦੇ ਨੇ, ਲੇਕਿਨ ਕੋਸ਼ਿਸ਼ ਆਈਏ ਕਿ ਜੋ ਹਕੀਕਤ ਹੈ ਦੋਸਤਾਂ ਨੂੰ ਉਹੀ ਦੱਸੀ ਜਾਵੇ। ਪਿੱਛੇ ਤੇ ਬੱਚੀ ਹੈ ਭਾਈ, ਬੰਨੋ ਜਾ ਤੁਸੀਂ, ਲੈ ਚਲੋ ਭਾਈ ਜਾਨਾਂ ਨੂੰ। ਨਸਲ ਕੀ ਜੇ ਦੀ? ਕਾਲੇ ਥਣ ਲੱਗੇ ਨੇ। ਬੰਨੋ ਭਾਈ ਜਾਨ, ਚਿਹਰਾ ਵੀ ਦੋਸਤਾਂ ਵੇਖਣਾ, ਹੈ ਵੀ ਝੁੰਗੀ ਹੈ, ਨੰਬਰ 1 ਤੇ ਚੈੱਕ ਕਰਵਾਈਏ, ਥਣਾਂ ਦੀ ਵੰਡ ਵੀ ਪਿਆਰੀ ਹੈ ਜੀ। ਬਾਜਵਾ ਸਾਹਿਬ, ਕੀ ਰੇਟ ਹੈ ਜੀ ਵੈੜ ਨੰਬਰ 1 ਦਾ? ਭਾਈ ਫਰਾਜ਼, ਇਹਦਾ 2,45,000 ਰੁਪਏ। 2,45,000 ਜੀ, ਬਿਹਤਰੀਨ ਹੋ ਗਿਆ ਮਾਸ਼ਾਅੱਲਾ ਜੀ।
ਨੰਬਰ 1 ਤੇ ਚੈੱਕ ਕਰਵਾਈਏ ਕੀਮਤ 2.45 ਬਾਈ ਅਗਲਾ ਜਾਨਵਰ ਖੋਲ ਲੈਣਾ ਵੇ ਸੋਚੀ ਨਹੀਂ ਪੈਣਾ ਮਿਹਰਬਾਨੀ ਤੁਹਾਡੀ ਇਹ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਵੇਖ ਲੈਣਾ ਨੰਬਰ 1 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 2,45,000 ਸਭ ਤੋਂ ਜ਼ਿਆਦਾ ਰੇਟ ਹੈ ਜੀ ਜਾਨਵਰ ਚੰਗਾ ਜਾਨਵਰ ਦੇ ਹਿਸਾਬ ਨਾਲ ਰੇਟ ਸੋਹਣਾ ਕੀ ਆ ਗਿਆ ਮਾਸ਼ਾਅੱਲਾ ਜੀ ਨੰਬਰ 2 ਤੇ ਜੀ ਭਾਜਵਾ ਸਾਹਿਬ ਕਿਨਵਾਂ ਸਵਾ ਜੀ ਇਹਦਾ ਤੇ ਭਾਈ ਫਰਾਦ ਪਹਿਲਾਂ ਨੇ ਪਹਿਲਾਂ ਵੈੜ ਕਿੰਨੇ ਦੰਦ ਜੀ ਹੈ ਇਹ ਮੂੰਹ ਛਿੱਗੀ ਹੈ ਚੌਗੀ ਹੋਏਗੀ ਠੀਕ ਹੈ ਚੌਗੀ ਜਾਂ ਛਿੱਗੀ ਹੋਏ ਦੀ ਕਾਦਾ ਵਰੇ ਹਾਈਟ ਵੀ ਦੋਸਤਾਂ ਵੇਖਣੀ ਹੈ ਪਹਿਲਾਂ ਹੋ ਕੇ ਸੋਹਣੇ ਮੁੱਠੀ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਬਾਈ ਜਾ ਕੇ ਕਰਿਓ ਜ਼ਰਾ ਮਿਹਰਬਾਨੀ ਜਵਾਨ ਕੀ ਹੋ ਗਿਆ ਹਿੰਮਤ ਕਰੋ ਥੋੜੀ ਕਿਦਾਂ ਦੀ ਸੂਈ ਹੈ ਬਾਜਵਾ ਸਾਹਿਬ ਹੈ ਇਹਨੂੰ ਤਕਰੀਬਨ ਕੋ 1.5 ਮਹੀਨਾ ਹੋ ਗਿਆ ਇਸ ਵੇਲੇ ਭਾਈ ਫਰਾਦ 1.5 ਮਹੀਨਾ ਹੋ ਗਿਆ ਮਾਸ਼ਾਅੱਲਾ ਜੀ ਜਾ ਕੇ ਪਿੱਛੇ ਦੇ ਬੱਚੀ ਇਹ ਪਿੱਛੇ ਦੇ ਬੱਚੀ ਇਹ ਕਰਮ ਵਾਲੀਆਂ ਵੀ ਦੋ ਨੇ ਆਪੀ ਵੀ ਬੱਚੀ ਪਿੱਛੇ ਵੀ ਬੱਚੀ ਸਵਾ ਪਹਿਲਾ ਵੇ ਦੁੱਧ ਕਿੰਨਾ ਕਿਹਦੇ ਕੋਲ ਦੁੱਧ ਦੇ ਤੱਕ ਭਾਈ ਫਰਾਦ 10 ਕਿਲੋ ਲੇਕਿਨ 9 ਕਿਲੋ ਦੀ ਗਰੰਟੀ ਹੋਏਗੀ ਠੀਕ ਹੈ 9 ਕਿਲੋ ਦੁੱਧ ਦੀ ਗਰੰਟੀ ਲਿਆਓ ਬਾਈ ਟੋਲ ਕੇ ਜ਼ਰਾ ਬਾਈ ਜਾ ਕੇ ਕੱਢੋ ਅੱਗੇ ਕੱਢਿਓ ਜ਼ਰਾ ਇਹ ਮਾਸ਼ਾਅੱਲਾ ਜੀ ਪਿੱਛੇ ਦੇ ਬੱਚੀ ਇਹ 9 ਕਿਲੋ ਦੁੱਧ ਦੀ ਗਰੰਟੀ ਹੈ ਸਵਾ ਪਹਿਲਾ ਵੇ ਨਸਲ ਕੀ ਹੈ ਬਾਜਵਾ ਸਾਹਿਬ ਦੀ ਇਹ ਭਾਈ ਫਰਾਜ ਪਾਕਿਸਤਾਨ ਦਾ ਬ੍ਰਾਂਡ ਹੈ ਜ਼ਿੰਦਾਬਾਦ ਸਾਈਵਾਲ ਇਹ ਸਾਈਵਾਲ ਵੈੜੀ ਕੀ ਬਾਤ ਪਾਕਿਸਤਾਨ ਦਾ ਬ੍ਰਾਂਡ ਮਾਸ਼ਾਅੱਲਾ ਜੀ ਜ਼ਿਆਦਾ ਸਾਈਵਾਲ ਵਿੱਚ ਕੋਈ ਕ੍ਰਾਸ ਹੋਣਾ ਵੇ ਲੇਕਿਨ ਫਖਰ ਹੈ ਤੁਹਾਡੇ ਦੇ ਮਾਸ਼ਾਅੱਲਾ ਜੀ ਤੁਸੀਂ ਸਾਈਵਾਲ ਦਾ ਵਾਜ਼ਿਆ ਨਾਂ ਲਿਆ ਹਾਲਾਂਕਿ ਕੁਝ ਦੋਸਤ ਸਾਈਵਾਲ ਦਾ ਨਾਂ ਲੈਣਾ ਨਹੀਂ ਪਸੰਦ ਕਰਦੇ ਇਹ ਜਿਹੜੀ ਦੁੱਧ ਦੀ ਕੈਟਾਗਰੀ ਇਹ ਸਭ ਤੋਂ ਨੰਬਰ 1 ਤੇ ਦੁੱਧ ਆ ਰਿਹਾ ਜੀ ਸਾਈਵਾਲ ਦਾ ਫੈਟਰਾ ਦੁੱਧ ਹੈ ਫਰਾਸ ਸਾਹਿਬ ਇਸ ਵਾਰ ਬਿਲਕੁਲ ਜੀ ਗਾਂ ਦੀ ਗਾਂ ਵਿੱਚ ਮੱਝ ਦੀ ਮੱਝ ਗਰਮੀ ਤੇ ਬਿਲਕੁਲ ਨਹੀਂ ਕਰੇਗੀ ਮਾਸ਼ਾਅੱਲਾ ਥਾਨ ਵੇਖੋ ਮਾਸ਼ਾਅੱਲਾ ਵੈੜੀ ਦੇ ਐਂ ਤਾਂ ਮੱਝਾਂ ਥਾਨ ਨਹੀਂ ਹੁੰਦੀ ਆ ਬਿਲਕੁਲ ਜੀ ਸੋਹਣੇ ਪਾਵਰਫੁਲ ਥਾਨ ਲੱਗੇ ਨੇ ਵੈੜੀ ਜੀ ਬਨੋ ਭਾਈ ਜਾਨ ਜੀ ਬਾਜਵਾ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 2 ਦਾ ਭਾਈ ਫਰਾਜ਼ ਜਿਹੜਾ ਨਾ ਇਹੋ ਜਿਹੇ ਵੇੜਾ ਬਾਅਦ ਤੇ 2.5 ਲੱਖ ਦੇ ਲੱਭਦੀਆਂ ਨੇ ਲੇਕਿਨ ਆਹ ਕਲਾਸ ਕਰਦੇ 2,00,000 ਤੇ 5,000 ਦੀ ਵੈੜੀ ਦੇ ਦਿਆਂ 2,00,000 ਤੇ 5,000 ਖੜਾਕ ਵੱਡੇ ਹੀ ਕਰਦੇ ਪੁਤਲਾ ਫਿਰ 5 ਵੀ ਵੜਾ ਹੜੋ ਭਾਈ ਫਰਾਜ਼ ਪੂਰਾ 2,00,000 ਕਰ ਜ਼ਿੰਦਾਬਾਦ 2,00,000 ਹੋ ਗਿਆ ਮਾਸ਼ਾਅੱਲਾ ਜੀ ਪਹਿਲਾਂ ਨੇ 9 ਕਿਲੋ ਦੁੱਧ ਦੀ ਗਰੰਟੀ ਹੈ ਕੀਮਤ 2,00,000 ਅਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਲਿਆਓ ਭਾਈ ਜਾਨ ਭਾਈ ਜਾ ਲਿਆਇਆ ਕਰੋ ਜ਼ਰਾ ਹਿੰਮਤ ਕਰੋ ਕਾਲੂ ਸਾਹਿਬ ਨੇ ਹਾਂਜੀ ਕਾਲੂ ਤਾਂ ਤੇਜ਼ ਹੁੰਦੇ ਨੇ ਤੇ ਇਹ ਕਾਲੂ ਸਾਹਿਬ ਨੂੰ ਬ੍ਰਾਂਡ ਹੈ ਸਾਡਾ ਜੀ ਇਹ ਕਾਡਾ ਕਾਲੂ ਮਦਾਰੀ ਹੋ ਅੱਜ ਕੱਲ ਹਮੋਸ਼ ਤੇ ਇਹ ਕਾਲੂ ਨੂੰ ਕੀ ਹੋ ਗਿਆ ਖਿਲਾ ਦੋ ਭਾਈ ਜਾਨ ਭਾਈ ਫਰਾਦ ਬਾਅਦ ਚ ਦਾ ਪੈਗਾਮ ਲੈਣਾ ਕਾਲੂ ਸਾਹਿਬ ਦਾ ਕਾਲੂ ਸਾਹਿਬ ਲਿਆਓ ਜੀ ਕਾਲੂ ਸਾਹਿਬ ਅੱਗੇ ਲਿਆਓ ਉਹਦੇ ਮੂੰਹ ਤੇ ਅੱਗੇ ਲਿਆਓ ਜ਼ਰਾ ਜਾਨ ਕਿੰਨਾ ਹੁੰਦਾ ਨਾ ਜੀ ਬਾਜਵਾ ਸਾਹਿਬ ਕਿੰਨਾ ਸਵਾ ਜੀ ਦਾ ਇਹਦਾ ਭਾਈ ਫਰਾਜ਼ ਪਿਛਲੇ ਘਰ ਆ ਦੂਸਰਾ ਥਾਰੇ ਲੇਕਿਨ ਤੁਸੀਂ ਤੀਸਰਾ ਦੱਸੋ ਠੀਕ ਹੈ ਸਵਾ ਤੀਸਰਾ ਨੰਬਰ 33 ਚੈੱਕ ਕਰਵਾਨੇ ਆ ਪੇ ਕਾਲੇ ਮਾਸ਼ਾਅੱਲਾ ਜੀ ਇਹਦੇ ਵੀ ਥਣ ਲੱਗੇ ਨੇ ਥਣ ਚਵੇਂ ਕਲੀਅਰ ਨੇ ਜੀ ਪੂਰੇ ਗਰੰਟੀ ਨਾਲ ਗਿਲਟੀ ਫੁਹਾਰ ਦੀ ਗਰੰਟੀ ਹੋਏਗੀ ਠੀਕ ਹੈ ਕਿਦੋਂ ਦੀ ਸੂਈ ਹੈ ਭਾਈ ਫਰਾਜ਼ ਸੂਈ ਦਾ ਕੋਈ ਏਡਾ ਸਾਨੂੰ ਖਾਸ ਪਤਾ ਨਹੀਂ ਲੇਕਿਨ 2 ਮਹੀਨੇ ਦੀ ਕਨਫਰਮ ਗੱਬਾ ਨਹੀਂ ਠੀਕ ਹੈ ਯਾਨੀ ਕਿ ਹੁਣ 2 ਮਹੀਨੇ ਦੀ ਗੱਬਣ ਵੀ ਆ ਵੇ 2 ਮਹੀਨੇ ਤੇ 5 ਦਿਨ ਹੋ ਗਏ ਨੇ ਕਨਫਰਮ ਗੱਬਾ ਨੇ ਕੋਈ ਭਰਾ ਨੂੰ ਚੈੱਕ ਕਰਾ ਕੇ ਤੇ ਫੇਰ ਖੜੇ ਠੀਕ ਹੈ ਜਾਂ ਕੀ ਚਲੇ ਬੱਚਾ ਭਾਈ ਜਾਨ ਟੋਲ ਕੇ ਲਿਆਓ ਇਹ ਪਿੱਛੇ ਦੇ ਬੱਚਾ ਵੇ ਸੋਇਆ ਦੋਸਤਾ ਇੱਧਰ ਨੂੰ ਭਾਈ ਲਿਆਓ ਜ਼ਰਾ ਲੰਮੀ ਟੋਲ ਕੇ 2 ਮਹੀਨੇ ਤੇ 5 ਦਿਨ ਹੋ ਗਏ ਨੇ ਕਨਫਰਮ ਗੱਬਾ ਨੇ ਜਿਹੜੇ ਦੋਸਤਾਂ ਨਾਲ ਸੌਦਾ ਹੋਈਏ ਇੱਥੇ ਚੈੱਕ ਕਰਵਾ ਕੇ ਲਾਈਏ ਜਾਂ ਆਪਣੇ ਘਰ ਜਾ ਕੇ 2-3 ਦਿਨਾਂ 'ਚ ਚੈੱਕ ਕਰਵਾ ਲੈਣੀ ਹੈ ਬਾਅਦ 'ਚ ਮਹੀਨੇ ਬਾਅਦ ਦਾ ਕਾਲ ਆਈ ਤੇ ਉਹਦੇ ਫਿਰ ਅਸੀਂ ਜ਼ਿੰਮੇਵਾਰ ਨਹੀਂ ਹੈ ਲਿਬਾਸ ਵੀ ਦੋਸਤਾਂ ਵੇਖਣਾ ਦੁੱਧ ਵੀ ਦੇ ਰਹੀ ਹੈ ਬਾਜਵਾ ਸਾਹਿਬ ਕੋਈ ਪੰਜ ਕਿਲੋ ਦੁੱਧ ਦੀ ਗਰੰਟੀ ਪਿੱਛੇ ਬੱਚਾ ਵੀ ਸਵਾ ਤੀਸਰਾ ਮਾਸ਼ਾਅੱਲਾ ਜੀ ਭਾਈ ਜਾਨ ਬੰਨੋ ਜੀ ਜਾ ਨਸਲ ਕੀ ਹੈ ਬਾਜਵਾ ਸਾਹਿਬ ਦੀ ਜਰਸੀ ਤੇ ਚੋਲਸਤਾਨੀ ਦਾ ਕਰਾਸ ਲੈ ਚਲੋ ਭਾਈ ਜਾਨ ਜੀ ਬਾਜਵਾ ਸਾਹਿਬ ਕੀ ਰੇਟ ਹੈ ਜੀ ਗਾਂ ਨੰਬਰ 3 ਦਾ ਭਾਈ ਫਰਾਜ਼ ਵੈੜੀ ਤੇ ਮੇਰੀ 2,00,000 ਦੀ ਹੈ ਅੱਛਾ ਲੇਕਿਨ ਭਰਾਵਾਂ ਨੂੰ ਆਫਰ ਹੀ ਹੈ ਠੀਕ ਹੈ 1,90,000 ਦੀ ਵੈੜੀ ਦੇ 1,90 ਬੱਚੇ ਸਮੇਤ ਹੀ ਹੈ ਕੱਲੀ ਬੱਚੇ ਸਮੇਤ ਜ਼ਿੰਦਾਬਾਦ ਬੱਚਾ ਇਹ ਪੁਰਾਣਾ ਸੌਦਾ ਇਹ 25,000 ਰੁਪਏ ਦਾ ਬੱਚਾ ਮੈਂ ਰੱਖ ਲਾਂਗਾ ਠੀਕ ਹੈ ਜੀ ਮਾਸ਼ਾਅੱਲਾ ਜੀ 2 ਮਹੀਨੇ ਦੀ ਕਨਫਰਮ ਗੱਬਣ 5-6 ਕਿਲੋ ਦੁੱਧ ਵੀ ਹੈ ਪਿੱਛੇ ਦੇ ਬੱਚਾ ਵੀ ਮਾਸ਼ਾਅੱਲਾ ਜੀ ਕੀਮਤ 1,90,000 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਭਾਈ ਜਾਨ ਕਰੋ ਜੀ ਬਾਜਵਾ ਸਾਹਿਬ ਗੱਬਣ ਜੀ ਆ ਇਹ ਭਾਈ ਫਰਾਜ਼ ਗੱਬਣ ਹੈ ਵੈੜੀ ਖਿਲਾ ਰਿਓ ਜ਼ਰਾ ਸੋਆ ਕਿੰਨਵਾਂ ਨੇ ਸੋਣਾ ਇਹ ਦੂਸਰਾ ਸੋਆ ਸੋਣਾ ਜੀ ਸੋਆ ਦੂਸਰਾ ਸੋਣਾ ਹੈ ਮਾਸ਼ਾਅੱਲਾ ਜੀ ਦਿਨ ਕਿੰਨੇ ਕਿ ਲੈ ਰਹੀ ਹੈ
ਇਹ 10 12 ਦਿਨ ਕੱਢਦੀ ਭਾਈ ਫਰਾਜ਼ 10 ਤੋਂ 12 ਦਿਨ ਲੈਂਦੀ ਵੀ ਪ੍ਰਿੰਟ ਦੀ ਸ਼ਾਈਨਿੰਗ ਚਮਕ ਦੋਸਤਾਂ ਵੇਖ ਲੈਣੀ ਪੋਲੀ ਬੈੜੀ ਭਾਈ ਖਿਲਾਰ ਭਾਈ ਇੱਥੇ ਜ਼ਰਾ ਕੱਚੀ ਬੈੜ ਹੈ ਪਿੱਛੇ ਜਗ੍ਹਾ ਬੜੀ ਬੈੜ ਆ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਟੋਰੇ ਭਾਈ ਹਲਕੀ ਜੀ 100 ਬੈੜੀ ਠੀਕ ਹੈ ਦਿਨ ਤਕਰੀਬਨ 10 ਤੋਂ 12 ਲੈਂਦੀ ਭਾਈ ਜੀ ਟੋਰੇ ਅੱਗੇ ਜ਼ਰਾ ਪਰਲੀ ਸਾਈਡ ਤੇ ਟੋਰੋ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖ ਲੈਣਾ ਫਿਲਹਾਲ ਕੱਚੀ ਹੈ ਤਕਰੀਬਨ 10 ਤੋਂ 12 ਦਿਨ ਦੱਸੇ ਨੇ ਜਿਹੜੇ ਦਿਨ ਦੱਸੇ ਕੋ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਨਸਲ ਕੀ ਭਜਵਾ ਸਭ ਦੀ ਇਹ ਭਾਈ ਫਰਾਜ਼ ਚੋਲਸਤਾਨੀਆ ਦੇ ਵਿੱਚ ਕੋਈ ਜੇ ਫਰੀਜ਼ੀਅਨ ਦਾ ਹਲਕਾ ਦੇ ਨਾਲ ਉਹਦੇ ਵਿੱਚ ਸਾਈਵਾਲ ਠੀਕ ਹੈ ਸਾਈਵਾਲ ਫਰੀਜ਼ੀਅਨ ਤੇ ਚੋਲਸਤਾਨੀ ਭਾਈ ਜਾਨ ਖਿਲਾ ਰਹੇ ਜੀ ਮਜ਼ਬੂਤ ਕਰਾ ਸੇ ਜਾਨਵਰ ਜਿੰਨੇ ਵੀ ਨੇ ਗਰਮੀ ਨੂੰ ਚਾਲਾ ਨਹੀਂ ਕਰਨ ਦੇ ਮਾਸ਼ਾਅੱਲਾ ਜੀ ਗਰਮੀ ਚ ਬੱਜੇ ਨੇ ਧੁੱਪ ਫੁੱਲੇ ਇਸ ਟਾਈਮ ਤੇ ਦੋਸਤਾਂ ਦੇ ਸਾਹਮਣੇ ਨੇ ਅਸੀਂ ਪੇ ਕੇ ਜੀ ਕਿ ਗਰਮੀ ਨਹੀਂ ਕਰਨ ਦੇ ਸਾਹਮਣੇ ਨਜ਼ਰ ਆਉਂਦੇ ਨੇ ਕਾਲੇ ਥਣ ਲੱਗੇ ਨੇ ਲੈ ਚਲੋ ਭਾਈ ਜਾਨ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਨੰਬਰ 4 ਤੇ ਚੈੱਕ ਕਰਵਾਈਏ ਸਵਾ ਦੂਸਰਾ ਸੋਣਾ ਹੈ ਮਾਸ਼ਾਅੱਲਾ ਜੀ ਚੰਗੀ ਚੀਜ਼ ਦਾ ਕੀ ਰੇਟ ਹੈ ਬਜਵਾ ਸਾਹਿਬ ਵੈਡ ਨੰਬਰ 4 ਦਾ ਇਹ ਵੈੜੀ ਜਿਹੜਾ ਨਾ ਜਿੰਨਾ ਇੱਥੋਂ ਤੱਕ ਮੁਤਰਾਕਤ ਕਰਵਾਣਾ ਕਰੇਗੀ ਬੜੀ ਵੈੜ ਬਣੇਗੀ ਠੀਕ ਹੈ ਹਾਈ ਇਹ ਕੱਚੀ ਏ ਇਸ ਵੀਡੀਓ ਦਾ ਰੇਟ ਦਾ ਹੋਰ ਹੋਏਗਾ ਅਗਰ ਸਾਡੇ ਕੋਲ ਰਹੀ ਤੇ ਇਨਸ਼ਾਅੱਲਾ ਅਗਲੀ ਵੀਡੀਓ ਦਾ ਰੇਟ ਹੋਰ ਹੋਏਗਾ ਆ ਗੱਬਣ ਨੇ ਤੁਸੀਂ ਸਾਹਮਣੇ ਹੀ ਅਗਲੀ ਵੀਡੀਓ ਸਿੱਧਾ ਉਂਝ ਰੇਟ ਆਈ ਚੱਲੇਗਾ ਅਗਲੀ ਵੀਡੀਓ ਤੱਕ ਚੱਲੇਗਾ ਲੇਕਿਨ ਅਗਲੀ ਵੀਡੀਓ ਜਦੋਂ ਪਾਵਾਂਗੇ ਉਧਰ ਰੇਟ ਦਾ ਹੋਰ ਹੋਏਗਾ ਇਹ ਸਰ ਦਸਤੀ ਸੇਲ ਹੋਈ ਜਾਣਾ ਸਾਰਾ ਮਾਲ ਇਨਸ਼ਾਅੱਲਾ ਇਹਦਾ ਅੱਜ ਦਾ ਰੇਟ 2,40,000 ਰੁਪਏ 2,40,000 ਹਾਂਜੀ 5 ਹੋਰ ਡਾਊਨ ਕਰ ਛੜੋ ਭਾਈ ਫਰਾਜ਼ ਕਰ ਦਿਓ 2,35 ਹੋ ਗਿਆ ਫਾਈਨਲ ਹੋ ਗਿਆ ਮਾਸ਼ਾਅੱਲਾ ਜੀ ਇਹ ਹੁਣ ਫਾਈਨਲ ਹੈ ਇਹਦੇ ਚ ਕੋਈ ਵੀ ਪਿਆਰ ਨਹੀਂ ਪਿਆਰ ਕਰ ਛੜਿਆ ਭਾਈ ਅਗਲੇ ਹੋ ਜੇ ਨੰਬਰ 5 ਕਰ ਦਿੱਤਾ 100 ਰੁਪਿਆ ਵੀ ਨਹੀਂ ਘਟਣਾ ਜੇ ਪੈਸੇ ਤੁਹਾਨੂੰ ਦੇ ਕੋਈ ਨਹੀਂ 5000 ਲੈਸ ਕਰਵਾ ਲਿਆ ਬਿਹਤਰ ਹੋ ਗਿਆ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਮੋਨੀ ਹੈ ਇਹ ਵੀ ਮਾਸ਼ਾਅੱਲਾ ਜੀ ਖਾਂਗੜੇ ਤੇ ਅਸਲੀ ਤੇ ਨਸਲੀ ਖਾਂਗੜੇ ਭਾਈ ਜਾਨ ਖਿਲਾ ਰਹੇ ਉੱਥੇ ਜ਼ਰਾ ਮਾਸ਼ਾਅੱਲਾ ਜੀ ਜਸਾਮ ਦੋਸਤਾਂ ਵੇਖਣੀ ਜ਼ਰਾ ਸਿੱਧੀ ਕਰਕੇ ਲੰਮੀ ਕਰਕੇ ਖਿਲਾ ਰੋ ਜੀ ਬਾਜਵਾ ਸਾਹਿਬ ਕੀ ਤਫਸੀਲ ਹੈ ਜੀ ਇਹ ਭਾਈ ਫਰਾਜ਼ ਵੈੜੀ ਦੇ ਪਿੱਛੋਂ ਵੱਛਾ ਮਰ ਗਿਆ ਹੈ ਅੱਛਾ ਜਾ ਮਰ ਗਿਆ ਦਾ ਸੋਵਾ ਕਿੰਨਾ ਸੋਈ ਹੈ ਸੋਵਾ ਦੂਸਰਾ ਸੋਈ ਖਾਂਗੜੇ ਖਾਂਗੜੇ ਦੁੱਧ ਕਿੰਨਾ ਦੇ ਕੋਲ ਦੁੱਧ ਦੇ ਕੋਲ ਗਾਰੰਟੀ ਨਾਲ 8 ਕਿਲੋ ਦੁੱਧ 8 ਕਿਲੋ ਦੁੱਧ ਚੁਆਈ ਕਿ ਨਹੀਂ ਕਰਦੇ ਹੁਣ ਚੁਆਈ ਇਹਨੂੰ ਟੀਕਾ ਲਾ ਕਰ ਰਹੇ ਆ ਅੱਛਾ ਤੇ ਗਾਂ ਥੋੜੀ ਔੜ ਵੀ ਕਰਦੀ ਹੈ ਇਹ ਜਾ ਕੇ ਦੁਨਾ ਮਰਿਆ ਜਾ ਤਕਰੀਬਨ 15 ਦਿਨ ਹੋ ਗਏ ਮਰ ਗਿਆ ਯਾਨੀ ਕਿ ਜਾ ਮਰਨ ਦੀ ਵਜ੍ਹਾ ਤੋਂ ਥੋੜੀ ਔੜ ਕਰਦੀ ਹੈ ਭਈ ਜਿਹੜਾ ਦੋਸਤ ਸਾਹਮਲੇ ਦਾ ਥੋੜਾ ਟਾਈਮ ਦੇ ਲੇਦਾ ਤੇ ਜਿਹੜਾ ਟੀਕਾ ਲਾਉਂਦੇ ਹੋ ਪਿਆ ਉਹਦੇ ਤੂੰ ਜਾਨ ਛੁੱਟ ਜੇਦੀ ਤੇ ਕੋ ਬੰਦਾ ਇਹਨੂੰ ਪਹਾੜੇ ਤੇ ਅਸੀਂ ਪਹਾੜਾ ਪਾਣੇ ਆ ਲੇਕਿਨ ਪਹਾੜੇ ਤੇ ਮਿਲਦੀ ਹੈ ਲੇਕਿਨ ਅਗਲੇ ਘਰ ਜਾਏਗੀ ਤੇ ਫਿਰ ਜ਼ਾਹਰੀ ਗੱਲ ਤਾਜ਼ਾ ਡੰਗਰ ਵੀ ਜਾ ਕੇ ਖੜ ਜਾਂਦਾ ਠੀਕ ਹੈ ਤੇ ਵੈੜੀ ਇਨਸ਼ਾਅੱਲਾ ਜਿਹੜਾ ਨਾ ਸਾਡੇ ਅੱਲਾ ਦੇ ਕਰਮ ਦੇ ਨਾਲ ਵੈੜੀ ਥੱਲੇ 8 ਕਿਲੋ ਦੁੱਧ ਮੌਜੂਦਾ ਹੈ 9 ਕਿਲੋ ਹੈ ਲੇਕਿਨ 8 ਕਿਲੋ ਦੀ ਗਾਰੰਟੀ ਦੇਵਾਂਗੇ ਵੀਡੀਓ ਵਿਖਾਵਾਂਗੇ 2 ਟੀਕੇ ਰਖਵਾਏ ਨੇ ਇਹਨਾਂ ਦੀ 7ਵਾਂ ਦੇਣੀ ਠੀਕ ਹੈ ਅਸੀਂ ਉਹਦੀ ਵੀਡੀਓ ਵਿਖਾਵਾਂਗੇ ਟੀਕੇ ਲੱਗੇ ਨੇ ਇਹਨੂੰ 2 ਤੇ ਅੱਗੋਂ ਕਿਹ ਭਰਾ ਦੇ ਮੁਕੱਦਰ ਨੇ ਜੀ ਬਿਹਤਰ ਹੋ ਗਿਆ ਟੋਰੇ ਭਾਈ ਜਾਨੇ ਆ ਵੀ ਮੋਨੀ ਮਾਸ਼ਾਅੱਲਾ ਜੀ 8 ਕਿਲੋ ਦੁੱਧ ਦੀ ਗਾਰੰਟੀ ਹੈ ਕੋਈ 7 ਕਿ ਦਿਨ ਹੋ ਗਏ ਨੇ ਇਨਸੈਮੀਨੇਟ ਹੋ ਗਈ 2 ਟੀਕੇ ਰਹਾਏ ਨੇ ਚੁਆਈ ਫਿਲਹਾਲ ਟੀਕੇ ਤਾਂ ਭਾਈ ਇਹ ਹੀ ਕਰਦੇ ਨੇ ਜੋ ਹਕੀਕਤ ਆ ਹੱਕ ਸੱਚੇ ਭਾਈ ਰਵਾਜ਼ਾ ਕੀਤਾ ਭਾਈ ਲਿਆਓ ਜੀ ਥਣ ਵੀ ਸੋਹਣੇ ਕਾਲੇ ਲੱਗੇ ਨੇ ਪੁੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਹੈ ਵੀ ਮੋਨੀ ਹੈ ਬੋਧੀ ਵੀ ਦੋਸਤਾਂ ਵੇਖਣੀ ਭਾਈ ਲਿਆਓ ਟੋਰ ਕੇ ਜ਼ਰਾ ਮਾਸ਼ਾਅੱਲਾ ਜੀ ਸਵਾ ਦੂਸਰਾ ਸੋਈਏ ਬਾਜਵਾ ਸਾਹਿਬ ਹਾਂਜੀ ਭਾਈ ਫਰਾਜ਼ ਕੀ ਨਸਲ ਜੀ ਦੀ ਭਾਈ ਫਰਾਜ਼ ਵੈੜੀਆ ਸਾਰੇ ਲੋਕਾਂ ਰੱਖੀਆਂ ਨੇ ਲੇਕਿਨ ਵੈੜੀ ਦੀ ਲਾਮ ਵੇਖੋ ਮਾਸ਼ਾਅੱਲਾ ਜੀ ਲਾਮ ਕਾਫੀ ਹੈ ਚੀਜ਼ ਚੰਗੀ ਨਸਲੀ ਚੀਜ਼ ਹੈ ਤੇ ਇੰਜ ਦੀਆਂ ਵੈੜਾ ਭਾਈ ਫਰਾਜ਼ 7-7 ਲੱਖ ਰੁਪਏ ਦੀ ਲੱਭਦੀਆਂ ਨੇ ਠੀਕ ਹੈ ਇੰਜ ਹੀ ਗੱਲ ਜੋ ਬਣ ਨਹੀਂ ਆਉਣ ਤੇ ਕੋਈ 7 ਨਹੀਂ ਕੋਈ 5 ਨਹੀਂ ਕੋਈ 3 ਨਹੀਂ ਇਹਦਾ ਇਹਦਾ ਭਾਈ ਫਰਾਜ਼ ਜਿਹੜਾ ਫਾਈਨਲ ਰੇਟ ਹੋਏਗਾ ਨਾ ਬੱਚੀ ਦਾ ਚਿਹਰਾ ਸਾਹਮਣੇ ਕਰਿਆ ਮਾਸ਼ਾਅੱਲਾ ਜੀ ਬੱਚੀ ਦਾ ਚਿਹਰਾ ਵੀ ਦੋਸਤਾਂ ਵੇਖਣਾ ਭਾਈ ਵੈੜ ਦਾ ਚਿਹਰਾ ਵੀ ਸਾਹਮਣੇ ਕਰਨਾ ਜੀ ਭਾਈ ਫਰਾਜ਼ ਬੱਚੀ ਨੂੰ ਕਾਲੇ ਥਣ ਲੱਗੇ ਨੇ ਉਹ ਵੀ ਚੈੱਕ ਕਰਵਾਉਣੇ ਆ ਭਾਈ ਵੈੜ ਟੋਰੋ ਜ਼ਰਾ ਕਿਦੋਂ ਦੀ ਸੋਈ ਹੈ ਜੀ ਵੈੜ ਇਹਨੂੰ ਭਾਈ ਫਰਾਜ਼ ਕੋ 2.5 ਮਹੀਨੇ 2.5 ਮਹੀਨੇ ਹੋ ਗਏ ਸੋਈ ਨੂੰ 2.5 ਮਹੀਨੇ ਤਕਰੀਬਨ ਹੋ ਗਏ ਨੇ ਬੱਚੀ ਤੇ ਤੁਹਾਨੂੰ ਮੈਂ ਚੈੱਕ ਕਰਵਾਉਣਾ ਲਿਬਾਸ ਵੀ ਦੋਸਤਾਂ ਵੇਖ ਲੈਣਾ ਜਰਸੀ ਕਰਾਸ ਵਿੱਚ ਮਾਸ਼ਾਅੱਲਾ ਜੀ ਇਹ ਵੀ ਪਹਿਲਾਂ ਨੇ ਦੁੱਧ ਕਿੰਨਾ ਕੇ ਬਜਵਾ ਸਾਹਿਬ ਦੇ ਕੋਲ ਇਹਦੇ ਕੋਲ ਦੁੱਧ ਭਾਈ ਫਰਾਜ਼ 6 ਕਿਲੋ ਇਹ 5 ਕਿਲੋ ਦੀ ਗਾਰੰਟੀ ਹੋਏਗੀ 5 ਕਿਲੋ ਦੁੱਧ ਦੀ ਗਾਰੰਟੀ ਹੈ ਲਿਆਓ ਭਾਈ ਪਰਤਾ ਕੇ ਜ਼ਰਾ ਚਿਹਰਾ ਵੀ ਇਹਦਾ ਸਾਹਮਣੇ ਕਰਿਓ ਜੀ ਇਹ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਵੇ ਜ਼ਿਆਦਾ ਜਰਸੀ ਹੈ ਪਿੱਛੇ ਤੇ ਬੱਚੀ ਹੈ ਟੋਰੇ ਭਾਈ ਜਾਨ ਤੁਸੀਂ 5 ਕਿਲੋ ਦੁੱਧ ਦੀ ਗਾਰੰਟੀ ਹੈ ਇਹ 6 ਕਿਲੋ ਵੇ ਤੇ ਤਕਰੀਬਨ 2.5 ਮਹੀਨੇ ਹੋ ਗਏ ਨੇ ਮਾਸ਼ਾਅੱਲਾ ਜੀ ਸੂਆ ਪਹਿਲਾ ਸੂਆ ਭਾਈ ਫਰਾਜ਼ ਅਗਰ ਅਸੀਂ 1 ਮਹੀਨੇ ਦੀ ਵੱਛੀ ਕਹੀ ਤਾਂ ਮੈਨੂੰ ਨਹੀਂ ਜਾਂਦੀ ਕਿਉਂਕਿ ਵੱਛੀ ਜਿਹੜਾ ਨਾ ਦੁੱਧ ਪੀਂਦੀ ਪੂਰਾ ਦੁੱਧ ਵੱਛੀ ਪੀਂਦੀ ਠੀਕ ਹੈ ਕਾਲੂ ਸਾਹਿਬ ਤੁਹਾਡੀ ਕਾਰੀਗਰੀ ਹੁਣ ਪਤਾ ਲੱਗਣੀ ਹੈ ਵੱਛੀ ਦਾ ਥਾਂ ਚੈੱਕ ਕਰਵਾਓ ਜ਼ਰਾ ਕਰੋ ਵੱਛੀ ਨੂੰ ਘੇਰਾ ਪਾਓ
ਭਾਈ ਭਰਾ ਦੇਖੋ ਐ ਮਸ਼ਾਅੱਲਾ ਕਾਲੇ ਤਨ ਲੱਗੇ ਨੇ ਵੱਛੀ ਨੂੰ ਬਿਹਤਰ ਹੋ ਗਿਆ ਕਿਹੇ ਭਰਾ ਨਾਲ ਸੌਦਾ ਹੋਈਏ ਸਾਡਾ ਤੇ 50,000 ਰੁਪਏ ਦੀ ਵੱਛੀ ਅਸੀਂ ਰੱਖ ਲਾਂਗੇ ਵੈਸੇ ਰੇਟ ਕੀ ਹੈ ਵਾਰਡ ਨੰਬਰ 6 ਦਾ ਟੋਟਲ ਹੀ ਬੱਚੇ ਸਮੇਤ ਰੇਟ ਹੈ ਭਾਈ ਫਰਾਜ਼ ਦੋਵਾਂ ਨੂੰ ਅਗਰ ਇਕੱਠਾ ਰੇਟ ਹੋਏ ਤੇ 1,75,000 ਤੇ ਕੱਲੀ ਕੱਲੀ ਦਾ ਅਗਰ ਕੱਲੀ ਕੱਲੀ ਕੋਈ ਭਰਾ ਲਏ ਤੇ 30,000 1,30,000 ਦਾ ਹੈ ਤੇ 50,000 ਦੀ ਵੱਛੀ ਠੀਕ ਹੈ ਅਗਰ ਇਕੱਠੀ ਦੋਸਤ ਲਏ ਤੇ 5,000 ਯਾਨੀ ਕਿ ਮਜ਼ੀਦ ਲੈ ਸੋਈਏ ਦਾ 75 ਬੰਦਾ ਵੈਸੇ ਅਲੱਦਾ ਅਲੱਦਾ 81 ਬੰਦਾ ਪਿਆ ਇਹਦਾ 1,30 ਹੈ ਖੀਰੀਆਂ ਬੱਚੀਆਂ ਵਿਕਦੀਆਂ ਨੇ ਪਈਆਂ 1.25 ਲੱਖ ਦੀਆਂ ਇਹਦੇ ਕੋਲ ਦੁੱਧ ਵੀ ਹੈ ਮਾਸ਼ਾਅੱਲਾ ਜੀ 5-6 ਕਿਲੋ ਸੁਬਾ ਪਹਿਲਾਂ ਸੂਈ ਟੀਕਾ ਵੀ ਲੱਗਾ ਇਹਨੂੰ ਵੀ ਲੱਗਾ ਟੀਕਾ ਟੀਕਾ ਵੀ ਲੱਗਾ ਵੀਡੀਓ ਵੀ ਵਹਾਵਾਂਗੇ ਭਰਾ ਨੂੰ ਕਿੰਨੇ ਦਿਨ ਹੋ ਗਏ ਨੇ ਇਹਨੂੰ ਤਕਰੀਬਨ 15 ਦਿਨ ਹੋ ਗਏ ਟੀਕਾ ਲਾ ਠੀਕ ਹੈ ਤੇ ਜੇ ਕਿਸੇ ਦੋਸਤ ਲੈਦਾ ਲੈਣੀ ਹੋਈ ਤੇ 50,000 ਦੀ ਬੱਚੀ 50,000 ਰੁਪਏ ਦੀ ਬੱਚੀ ਠੀਕ ਹੈ ਬੱਚੀ ਤੁਸੀਂ ਵੀ ਹੋਰ ਕਹਿ ਰਹੇ ਹੋ ਕਿ ਰੱਖਣ ਨੂੰ ਤਿਆਰ ਤੇ ਅਗਰ ਕੇ ਭਰਾ ਸੌਦਾ ਇਹ ਬੱਚੀ ਤੁਹਾਨੂੰ 50,000 ਦੀ ਛੱਡ ਦੇ ਹੀ ਰੱਖ ਲਾਂਗੇ ਠੀਕ ਹੈ ਜੀ ਬਿਹਤਰ ਹੋ ਗਿਆ ਬਾਜੋ ਸਾਹਿਬ ਸੋਹਣਾ ਸ਼ੁਕਰਗੁਜ਼ਾਰ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਪੈਗਾਮ ਹੈ ਇਹ ਫਰਾਜ਼ ਸਾਹਿਬ ਹੱਕ ਸਾਡਾ ਵਪਾਰ ਕਰੋ ਸਾਰੇ ਭਰਾ ਕਿਸੇ ਨਾਲ ਬੇਈਮਾਨੀ ਨਾ ਕਰੋ ਫਰਾਡ ਨਾ ਕਰੋ ਸਾਡੇ ਇੱਥੇ ਬੱਚੀ ਆਈ ਹੈ ਤੇ ਭਾਈ ਫਰਾਜ਼ ਉਹ ਐਡੀ ਐਡੀ ਛਾਲ ਮਾਰ ਦੇ ਕੇ ਬੰਦੇ ਤੁਸੀਂ ਲੰਘ ਜਾਂਦੀ ਕੁੜੀ ਆ ਤੇ ਭਰਾਵਾਂ ਗਏ ਕਿ ਸਾਰਾ ਇਹ ਕਿਉਂ ਹੈ ਇਹ ਹੱਕ ਸੱਚ ਦੱਸੋ ਝੂਠ ਮਾਰ ਕੇ ਵਪਾਰ ਨਾ ਕਰੋ ਨਫਾ ਥੋੜਾ ਹੈ ਬਹੁਤਾ ਹੈ ਲੱਜ਼ਤ ਆਉਂਦਾ ਹੈ ਮਾਲਕ ਜ਼ਾਤ ਰੋਟੀ ਦੇਣੀ ਹੈ ਹਰ ਬੰਦੇ ਰੋਜ਼ੀ ਮਾਲਕ ਦੇਣ ਦੀ ਭੁੱਖਾ ਕੋਈ ਨਹੀਂ ਸੌਂਦਾ ਲੇਕਿਨ ਝੂਠ ਮਾਰ ਕੇ ਫਰਾਡ ਕਰਕੇ ਵਪਾਰ ਨਾ ਕਰੋ ਹੱਕ ਸੱਚ ਜੋ ਹੈ ਦੱਸੋ ਇਹ ਵਹਿੜੀਆਂ ਨੇ ਸਾਡੀਆਂ ਅੱਲਾ ਦੇ ਫਜ਼ਲ ਹੋ ਕਰਾਮ ਨੇ ਕੋਈ ਭਰਾ ਲਾਈਏ ਅਗਰ ਇਹਨਾਂ 'ਚ 19-20 ਦਾ ਫਾਲਟ ਹੋਏ ਤਾਂ ਜ਼ਿੰਮੇਦਾਰ ਬਿਹਤਰ ਹੋ ਗਿਆ ਜੀ ਦੁੱਧ ਘੱਟ ਹੋਏ ਫਿਰ ਵੀ ਜ਼ਿੰਮੇਦਾਰ ਜਿਹੜੀ ਨੱਚਦੀ ਟੱਪਦੀ ਉਹ ਵੀ ਦੱਸਿਆ ਕਿ ਵੈੜੀ ਜਿਹੜੇ ਖਲੋ ਕੇ ਨਹੀਂ ਮਿਲਦੀ ਹਿੱਲਦੀ ਹੈ ਬਿਲਕੁਲ ਜੀ ਸਾਰਾ ਵਾਜ਼ੇ ਕੀਤਾ ਖਲੋ ਕੇ ਮਿਲਦੀਆਂ ਨੇ ਉਹਨਾਂ ਦਾ ਦੱਸਿਆ ਭਾਈ ਜਾਨ ਗਰੰਟੀ ਨਾਲ ਕੋਈ ਡੰਗਰ ਹਿੱਲੇ ਸਾਡਾ ਆਉਣ ਜਾਣ ਦਾ ਕਿਰਾਇਆ ਵੀ ਦੇਵਾਂਗੇ ਠੀਕ ਹੈ ਇਹ ਤੁਹਾਡੇ ਸਾਹਮਣੇ ਯਾਰਾਂ ਦਾ ਟਾਈਮ ਹੈ ਧੁੱਪੇ ਵੱਜੀਆਂ ਨੇ ਫੁੱਲ ਗਰਮੀ ਭਾਜੀ ਬੁਰਾ ਹਾਲ ਹੈ ਆਪਣਾ ਫਿਰ ਵੀ ਗਈ ਜ਼ਿੰਮੇਦਾਰ ਬਹੁਤ ਸ਼ੁਕਰੀਆ ਭਾਈ ਸਾਹਿਬ ਕਾਲੂ ਦਾ ਪੈਗਾਮ ਲੈਣਾ ਜੀ ਕਾਲੂ ਸਾਹਿਬ ਆਓ ਜੀ ਪੈਗਾਮ ਦਾ ਵੋ ਵੀਡੀਓ ਚ ਤੇ ਮੱਠੀ ਆਉਣਾ ਚਾਹੁੰਦੇ ਹੋ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਜੀ ਬੌਡੀ ਪਿੰਡ ਹੈ ਸਾਡਾ ਜੀ ਜੀ ਮਰਾਜ ਕੇ ਸਟਾਪ ਤੋਂ 3 ਕਿਲੋਮੀਟਰ ਅੱਗੇ ਠੀਕ ਹੈ ਜੋਸਨ ਜੱਟਾਂ ਤੋਂ ਵੀ 3 ਕਿਲੋਮੀਟਰ ਇੱਥੇ ਪਸਰੂਰ ਵੱਲੋਂ ਆਉਣਾ ਤੇ ਫਿਰ ਜੋਸਨ ਜੱਟਾਂ ਲੈਣਾ ਜੇ ਕਿਸੇ ਜ਼ਫਰਵਾਲ ਵੱਲੋਂ ਸਿਆਲਕੋਟ ਵੱਲੋਂ ਆਉਣਾ ਤੇ ਮਰਾਜ ਕੇ ਲੈਣਾ ਠੀਕ ਹੈ ਤੇ ਇਨਸ਼ਾਅੱਲਾ ਇੱਥੇ ਕਿਸੇ ਨਾਲ ਧੋਖਾ ਫਰਾਡ ਨਹੀਂ ਹੋਏਗਾ ਇਸ ਇਲਾਕੇ 'ਚ ਮੈਨੂੰ ਬਾਬਾ ਸਗੀਰ ਆਉਂਦੇ ਨੇ ਮਾਸ਼ਾਅੱਲਾ ਜੀ ਤੇ ਧੋਖੇ ਫਰਾਡ ਵਾਲਾ ਕੰਮ ਨਹੀਂ ਇਨਸ਼ਾਅੱਲਾ ਹੋਏਗਾ ਜੀ ਜੀ ਜਿਹੜੀ ਗੱਲ ਕਰਾਂਗੇ ਉਹ ਪਾਇਦਾਰ ਕਰਾਂਗੇ ਤੇ 1 ਨੰਬਰ ਕਰਾਂਗੇ ਇਨਸ਼ਾਅੱਲਾ ਬਾਕੀ ਆਪਣੀ ਜਦ ਖੁੱਲੀ ਤੇ ਜਾਣਾ ਵੇ ਉਦੋਂ ਆਪਣੇ ਨਸੀਬ ਨੇ ਸਾਡੇ ਕੋਲ ਇੱਥੇ ਕੋਈ 10 ਦਿਨ 'ਚ ਹੋਵੇ 8 ਦਿਨ 'ਚ ਹੋਵੇ 4 ਦਿਨ 'ਚ ਹੋਵੇ ਕੋਈ ਟੈਨਸ਼ਨ ਨਹੀਂ 2 ਟਾਈਮ 'ਚ ਹੋਣ ਆ ਕੇ ਤਸੱਲਾ ਕਰਕੇ ਤੇ ਫਿਰ ਮਾਲ ਕਰ ਜੀ ਬਾਜਵਾ ਸਾਹਿਬ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸਰ ਸ਼ੋਕ ਹੈ ਚੱਕ ਰਿਹਾ ਉਮੀਦ ਕਰਦੇ ਹਾਂ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਦੀ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼